ਪੰਜਾਬ ਪੁਲਿਸ ਦੇ ਜਲੰਧਰ ਸੀਆਈਏ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਜਿਹਦੇ ਵਿੱਚ ਵਿਦੇਸ਼ 'ਚ ਬੈਠੇ ਲਖਬੀਰ ਲੰਡਾ ਦੇ 5 ਐਸੋਸੀਏਟਸ ਕਾਬੂ ਕੀਤੇ ਗਏ ਨੇ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ 5 ਫੋਰਨ ਮੇਡ ਪਿਸਟਲ ਰਿਕਵਰ ਕੀਤੇ ਗਏ ਨੇ। ਪੁਲਿਸ ਦੀ ਜਾਣਕਾਰੀ ਮੁਤਾਬਿਕ ਆਮ ਸਪਲਾਈ, ਡਰੱਗ ਸਪਲਾਈ ਅਕਰੋਸ ਦਾ ਬਾਰਡਰ ਤੇ ਕਈ ਜਿਹੜੀ ਵਾਰਦਾਤਾਂ ਨੇ, ਐਕਸਟੋਰਸ਼ਨ ਦੀ ਅਸੀਂ ਗੱਲ ਕਰ ਲਈਏ, ਮਰਡਰ ਦੀ ਅਸੀਂ ਗੱਲ ਕਰ ਲਈਏ, ਰੈਨਸਮ ਦੀ ਅਸੀਂ ਗੱਲ ਕਰ ਲਈਏ, ਕਈ ਚੀਜ਼ਾਂ 'ਚ ਇਹ ਇਨਵੋਲਵ ਰਹਿ ਚੁੱਕੇ ਨੇ ਜਿਹੜੀ ਹੁਣ ਤੱਕ ਦੀ ਪੁਲਿਸ ਵਾਲੀ ਜਾਣਕਾਰੀ ਦਿੱਤੀ ਗਈ ਹੈ। ਕਾਫੀ ਵੱਡਾ ਆਪਰੇਸ਼ਨ ਸੀਗਾ, ਕਈ ਸੀਕਰਟ ਇਨਫੋਰਮੇਸ਼ਨ ਸੀ ਔਰ ਉਸ ਤੋਂ ਬਾਅਦ ਲਗਾਤਾਰ ਸੀਆਈਏ ਜਲੰਧਰ ਇਹਦੇ ਵਿੱਚ ਕੰਮ ਕਰ ਰਹੀ ਸੀਗੀ। ਹਾਲਾਂਕਿ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ, ਜਿਹੜੀ ਜਾਣਕਾਰੀ ਪੁਲਿਸ ਨੇ ਦਿੱਤੀ ਹੈ ਕਿ ਇਹ 5 ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਵੱਡੇ ਨੈਕਸਸ ਦਾ ਖੁਲਾਸਾ ਲਗਾਤਾਰ ਪੁਲਿਸ ਕਰਦੇ ਨਜ਼ਰ ਆ ਰਹੀ ਹੈ ਕਿ ਕਿਤੇ ਕਿਤੇ ਜਲੰਧਰ ਹੀ ਨਹੀਂ ਬਲਕਿ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਕਿਸ ਤਰ੍ਹਾਂ ਕੰਮ ਕਰ ਰਹੇ ਸੀਗੇ, ਕਿੰਨਾ ਵੱਡਾ ਨੈਕਸਸ ਹੈ, ਕੌਣ ਕੌਣ ਇਸ ਤਰ੍ਹਾਂ ਦੀ ਜਿਹੜੀ ਲੋਜਿਸਟਿਕ ਚੀਜ਼ਾਂ ਜਾਂ ਫਿਰ ਜਿਹੜੀ ਅਕਰੋਸ ਦਾ ਬਾਰਡਰ ਜਿਹੜੀ ਸਪਲਾਈ ਹੋ ਰਹੀ ਸੀ ਉਹ ਕੌਣ ਕਰ ਰਿਹਾ ਸੀਗਾ, ਮਾਸਟਰ ਮਾਈਂਡ ਕੌਣ ਹੈ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਇੱਕ ਵੱਡਾ ਨੈਕਸਸ ਕੰਮ ਕਰ ਰਿਹਾ, ਆਮ ਸਪਲਾਈ ਦਾ, ਡਰੱਗ ਸਪਲਾਈ ਦਾ ਇੱਕ ਵੱਡਾ ਨੈਕਸਸ ਕੰਮ ਕਰ ਰਿਹਾ ਜਿਹਦਾ ਖੁਲਾਸਾ ਜਲਦੀ ਹੋਰ ਵੀ ਅੱਗੇ ਆਉਣ ਵਾਲੇ ਦਿਨਾਂ 'ਚ ਕੀਤਾ ਜਾਏਗਾ। ਪੰਜਾਬ ਤੋਂ ਕੈਮਰਾਮੈਨ ਸਰਮਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਪੰਜਾਬ ਪੁਲਿਸ ਦੇ ਜਲੰਧਰ ਸੀਆਈਏ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਜਿਹਦੇ ਵਿੱਚ ਵਿਦੇਸ਼ 'ਚ ਬੈਠੇ ਲਖਬੀਰ ਲੰਡਾ ਦੇ 5 ਐਸੋਸੀਏਟਸ ਕਾਬੂ ਕੀਤੇ ਗਏ ਨੇ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ 5 ਫੋਰਨ ਮੇਡ ਪਿਸਟਲ ਰਿਕਵਰ ਕੀਤੇ ਗਏ ਨੇ। ਪੁਲਿਸ ਦੀ ਜਾਣਕਾਰੀ ਮੁਤਾਬਿਕ ਆਮ ਸਪਲਾਈ, ਡਰੱਗ ਸਪਲਾਈ ਅਕਰੋਸ ਦਾ ਬਾਰਡਰ ਤੇ ਕਈ ਜਿਹੜੀ ਵਾਰਦਾਤਾਂ ਨੇ, ਐਕਸਟੋਰਸ਼ਨ ਦੀ ਅਸੀਂ ਗੱਲ ਕਰ ਲਈਏ, ਮਰਡਰ ਦੀ ਅਸੀਂ ਗੱਲ ਕਰ ਲਈਏ, ਰੈਨਸਮ ਦੀ ਅਸੀਂ ਗੱਲ ਕਰ ਲਈਏ, ਕਈ ਚੀਜ਼ਾਂ 'ਚ ਇਹ ਇਨਵੋਲਵ ਰਹਿ ਚੁੱਕੇ ਨੇ ਜਿਹੜੀ ਹੁਣ ਤੱਕ ਦੀ ਪੁਲਿਸ ਵਾਲੀ ਜਾਣਕਾਰੀ ਦਿੱਤੀ ਗਈ ਹੈ। ਕਾਫੀ ਵੱਡਾ ਆਪਰੇਸ਼ਨ ਸੀਗਾ, ਕਈ ਸੀਕਰਟ ਇਨਫੋਰਮੇਸ਼ਨ ਸੀ ਔਰ ਉਸ ਤੋਂ ਬਾਅਦ ਲਗਾਤਾਰ ਸੀਆਈਏ ਜਲੰਧਰ ਇਹਦੇ ਵਿੱਚ ਕੰਮ ਕਰ ਰਹੀ ਸੀਗੀ। ਹਾਲਾਂਕਿ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ, ਜਿਹੜੀ ਜਾਣਕਾਰੀ ਪੁਲਿਸ ਨੇ ਦਿੱਤੀ ਹੈ ਕਿ ਇਹ 5 ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਵੱਡੇ ਨੈਕਸਸ ਦਾ ਖੁਲਾਸਾ ਲਗਾਤਾਰ ਪੁਲਿਸ ਕਰਦੇ ਨਜ਼ਰ ਆ ਰਹੀ ਹੈ ਕਿ ਕਿਤੇ ਕਿਤੇ ਜਲੰਧਰ ਹੀ ਨਹੀਂ ਬਲਕਿ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਕਿਸ ਤਰ੍ਹਾਂ ਕੰਮ ਕਰ ਰਹੇ ਸੀਗੇ, ਕਿੰਨਾ ਵੱਡਾ ਨੈਕਸਸ ਹੈ, ਕੌਣ ਕੌਣ ਇਸ ਤਰ੍ਹਾਂ ਦੀ ਜਿਹੜੀ ਲੋਜਿਸਟਿਕ ਚੀਜ਼ਾਂ ਜਾਂ ਫਿਰ ਜਿਹੜੀ ਅਕਰੋਸ ਦਾ ਬਾਰਡਰ ਜਿਹੜੀ ਸਪਲਾਈ ਹੋ ਰਹੀ ਸੀ ਉਹ ਕੌਣ ਕਰ ਰਿਹਾ ਸੀਗਾ, ਮਾਸਟਰ ਮਾਈਂਡ ਕੌਣ ਹੈ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਇੱਕ ਵੱਡਾ ਨੈਕਸਸ ਕੰਮ ਕਰ ਰਿਹਾ, ਆਮ ਸਪਲਾਈ ਦਾ, ਡਰੱਗ ਸਪਲਾਈ ਦਾ ਇੱਕ ਵੱਡਾ ਨੈਕਸਸ ਕੰਮ ਕਰ ਰਿਹਾ ਜਿਹਦਾ ਖੁਲਾਸਾ ਜਲਦੀ ਹੋਰ ਵੀ ਅੱਗੇ ਆਉਣ ਵਾਲੇ ਦਿਨਾਂ 'ਚ ਕੀਤਾ ਜਾਏਗਾ। ਪੰਜਾਬ ਤੋਂ ਕੈਮਰਾਮੈਨ ਸਰਮਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਪੰਜਾਬ ਪੁਲਿਸ ਦੇ ਜਲੰਧਰ ਸੀਆਈਏ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਜਿਹਦੇ ਵਿੱਚ ਵਿਦੇਸ਼ 'ਚ ਬੈਠੇ ਲਖਬੀਰ ਲੰਡਾ ਦੇ 5 ਐਸੋਸੀਏਟਸ ਕਾਬੂ ਕੀਤੇ ਗਏ ਨੇ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ 5 ਫੋਰਨ ਮੇਡ ਪਿਸਟਲ ਰਿਕਵਰ ਕੀਤੇ ਗਏ ਨੇ। ਪੁਲਿਸ ਦੀ ਜਾਣਕਾਰੀ ਮੁਤਾਬਿਕ ਆਮ ਸਪਲਾਈ, ਡਰੱਗ ਸਪਲਾਈ ਅਕਰੋਸ ਦਾ ਬਾਰਡਰ ਤੇ ਕਈ ਜਿਹੜੀ ਵਾਰਦਾਤਾਂ ਨੇ, ਐਕਸਟੋਰਸ਼ਨ ਦੀ ਅਸੀਂ ਗੱਲ ਕਰ ਲਈਏ, ਮਰਡਰ ਦੀ ਅਸੀਂ ਗੱਲ ਕਰ ਲਈਏ, ਰੈਨਸਮ ਦੀ ਅਸੀਂ ਗੱਲ ਕਰ ਲਈਏ, ਕਈ ਚੀਜ਼ਾਂ 'ਚ ਇਹ ਇਨਵੋਲਵ ਰਹਿ ਚੁੱਕੇ ਨੇ ਜਿਹੜੀ ਹੁਣ ਤੱਕ ਦੀ ਪੁਲਿਸ ਵਾਲੀ ਜਾਣਕਾਰੀ ਦਿੱਤੀ ਗਈ ਹੈ। ਕਾਫੀ ਵੱਡਾ ਆਪਰੇਸ਼ਨ ਸੀਗਾ, ਕਈ ਸੀਕਰਟ ਇਨਫੋਰਮੇਸ਼ਨ ਸੀ ਔਰ ਉਸ ਤੋਂ ਬਾਅਦ ਲਗਾਤਾਰ ਸੀਆਈਏ ਜਲੰਧਰ ਇਹਦੇ ਵਿੱਚ ਕੰਮ ਕਰ ਰਹੀ ਸੀਗੀ। ਹਾਲਾਂਕਿ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ, ਜਿਹੜੀ ਜਾਣਕਾਰੀ ਪੁਲਿਸ ਨੇ ਦਿੱਤੀ ਹੈ ਕਿ ਇਹ 5 ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਵੱਡੇ ਨੈਕਸਸ ਦਾ ਖੁਲਾਸਾ ਲਗਾਤਾਰ ਪੁਲਿਸ ਕਰਦੇ ਨਜ਼ਰ ਆ ਰਹੀ ਹੈ ਕਿ ਕਿਤੇ ਕਿਤੇ ਜਲੰਧਰ ਹੀ ਨਹੀਂ ਬਲਕਿ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਕਿਸ ਤਰ੍ਹਾਂ ਕੰਮ ਕਰ ਰਹੇ ਸੀਗੇ, ਕਿੰਨਾ ਵੱਡਾ ਨੈਕਸਸ ਹੈ, ਕੌਣ ਕੌਣ ਇਸ ਤਰ੍ਹਾਂ ਦੀ ਜਿਹੜੀ ਲੋਜਿਸਟਿਕ ਚੀਜ਼ਾਂ ਜਾਂ ਫਿਰ ਜਿਹੜੀ ਅਕਰੋਸ ਦਾ ਬਾਰਡਰ ਜਿਹੜੀ ਸਪਲਾਈ ਹੋ ਰਹੀ ਸੀ ਉਹ ਕੌਣ ਕਰ ਰਿਹਾ ਸੀਗਾ, ਮਾਸਟਰ ਮਾਈਂਡ ਕੌਣ ਹੈ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਇੱਕ ਵੱਡਾ ਨੈਕਸਸ ਕੰਮ ਕਰ ਰਿਹਾ, ਆਮ ਸਪਲਾਈ ਦਾ, ਡਰੱਗ ਸਪਲਾਈ ਦਾ ਇੱਕ ਵੱਡਾ ਨੈਕਸਸ ਕੰਮ ਕਰ ਰਿਹਾ ਜਿਹਦਾ ਖੁਲਾਸਾ ਜਲਦੀ ਹੋਰ ਵੀ ਅੱਗੇ ਆਉਣ ਵਾਲੇ ਦਿਨਾਂ 'ਚ ਕੀਤਾ ਜਾਏਗਾ। ਪੰਜਾਬ ਤੋਂ ਕੈਮਰਾਮੈਨ ਸਰਮਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।